ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਸਾੜ ਤਪੰਦ ਤਿਸ ਲਗੇ ਹਰ ਨਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਅਸਾੜ ਤਪੰਦਾ ਤਿਸ ਲਗੈ ਹਰ ਨਾ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਧੀਆਸ ਦੁਇ ਭਾਏ ਵ ਗੁਚੀਐ ਗਲ ਪੈਸ ਜਮ ਕੀ ਫਾਸ ਜਿਹਾ ਬਿਜੈ ਸੋ ਲੁਣ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਸ਼ੂਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪਰਬ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜੋਗੋ ਜੁਗ ਅਟਲ ਰਹਿਮਤਾਂ ਦੇ ਘਰ ਦਇਆ ਦੇ ਖਜ਼ਾਨੇ ਮਾਲਕੇ ਕੁਲ ਕਾਇਨਾਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਲਾਹੀ ਚਰਨਾਂ ਦਾ ਆਓ ਜੀ ਪਿਆਰ ਸਤਕਾਰ ਨਾਲ ਨਿੱਗਾ ਧਿਆਨ ਧਰੀਏ ਅਤੇ ਗੁਰਦੇਵ ਜੀ ਦੇ ਪਾਵਨ ਚਰਨਾਂ ਦੀ ਚਰਨ ਸ਼ੋਧਾ ਆਨੰਦ ਮਾਣੀਏ ਅਤੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹਾਰ ਦਾ ਮਹੀਨਾ ਸਾਡੀ ਝੋਲੀ ਵਿੱਚ ਪਾਇਆ ਹੈ ਜਿਹਨੂੰ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਅਸਾਰ ਅਸਾਰ ਭਾਵ ਹਾਰ ਇੱਕ ਐਸਾ ਮਹੀਨਾ ਜਿਹੜਾ ਬਹੁਤ ਤਪਦਾ ਹੈ ਜਿਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਧਰਤੀ ਤਪਦੀ ਹੈ ਸੂਰਜ ਰਜ ਕੇ ਇਸ ਧਰਤੀ ਨੂੰ ਸੇਕ ਦਿੰਦਾ ਹੈ ਹਾੜ ਦਾ ਮਹੀਨਾ ਇਨਸਾਨ ਦੇ ਸ਼ਰੀਰ ਨੂੰ ਸਾੜਦਾ ਹੈ ਪਰ ਸਤਿਗੁਰੂ ਜੀ ਨੇ ਇੱਥੇ ਇਹ ਗੱਲ ਆਖੀ ਹੈ ਕਿ ਹਾੜ ਦੇ ਮਹੀਨੇ ਦੇ ਵਿੱਚ ਵੀ ਆਪਾਂ ਠੰਡਕ ਦਾ ਆਨੰਦ ਮਾਣ ਸਕਦੇ ਹਾਂ ਪਰ ਉਹ ਕਿਸ ਤਰ੍ਹਾਂ ਦੋ ਤਰ੍ਹਾਂ ਦਾ ਇਨਸਾਨ ਦਾ ਜੀਵਨ ਹੁੰਦਾ ਹੈ ਇੱਕ ਅੰਦਰਲਾ ਇੱਕ ਬਾਹਰਲਾ ਇੱਕ ਉਹ ਜੀਵਨ ਹੈ ਜਿਹੜਾ ਸਾਨੂੰ ਬਾਹਰੋਂ ਦਿਸਦਾ ਹੈ ਇਹ ਕੋ ਜੀਵਨ ਹੈ ਜੋ ਨਹੀਂ ਦਿਸਦਾ ਬਾਹਰਲਾ ਜਿਹੜਾ ਸਾਡਾ ਸ਼ਰੀਰ ਹੈ ਇਹਨੂੰ ਗਰਮੀ ਲੱਗਦੀ ਸਰਦੀ ਲੱਗਦੀ ਹੈ ਇਹਦੇ ਲਈ ਆਪਾਂ ਬਹੁਤ ਸਾਰੇ ਇੰਤਜ਼ਾਮ ਕੀਤੇ ਹੁੰਦੇ ਨੇ ਪਰ ਜਦੋਂ ਇਨਸਾਨ ਦੇ ਅੰਦਰ ਅਗ ਲੱਗੀ ਹੋਵੇ ਤਾਂ ਫਿਰ ਏਸੀ ਵੀ ਕੰਮ ਨਹੀਂ ਕਰਦਾ ਉਹਦੇ ਲਈ ਸਤਿਗੁਰੂ ਨੇ ਆਖਿਆ ਆਪਣੀ ਪਾਵਨ ਬਾਣੀ ਦੇ ਵਿੱਚ ਆਤਿਸ਼ ਦੁਨੀਆ ਖੁਨ ਕ ਨਾਮ ਖੁਦਾਇਆ ਜਦੋਂ ਦੁਨੀਆ ਨੂੰ ਅਗ ਲੱਗੀ ਹੋਈ ਹੈ ਤਾਂ ਬਚਾਉਣ ਵਾਲਾ ਕੌਣ ਹੈ ਨਿਰੰਕਾਰ ਬਚਾਉਣ ਵਾਲਾ ਕੌਣ ਹੈ ਵਾਹਿਗੁਰੂ ਜਦੋਂ ਦੁਨੀਆ ਸੜ ਰਹੀ ਹੋਵੇ ਤਾਂ ਬਚਾਉਂਦਾ ਨਿਰੰਕਾਰ ਹੈ ਹੋਰ ਕੋਈ ਨਹੀਂ ਬਚਾ ਸਕਦਾ ਇਸ ਲਈ ਹਾਰ ਦੇ ਮਹੀਨੇ ਨੂੰ ਸਤਿਗੁਰੂ ਜੀ ਨੇ ਆਧਾਰ ਬਣਾ ਕੇ ਇੱਕ ਬੜੀ ਵੱਡੀ ਸਿੱਖਿਆ ਸਾਡੀ ਝੋਲੀ ਵਿੱਚ ਪਾਈ ਯਾਦ ਰੱਖਿਓ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਸ਼ਹੀਦੀ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਤਸੀਹੇ ਦੇ ਦੇ ਕੇ ਗਵਰਨਮੈਂਟਾਂ ਨੇ ਸ਼ਹੀਦ ਕੀਤਾ ਉਸ ਉਸ ਟਾਈਮ ਦੀ ਜਿਹੜੀ ਗਵਰਨਮੈਂਟ ਸੀ ਸਰਕਾਰ ਸੀ ਜਹਾਂਗੀਰ ਦੀ ਬੜੇ ਢੰਗ ਤਰੀਕੇ ਅਪਣਾ ਕੇ ਗਲਤ ਤਾਂ ਸਤਗੁਰੂ ਜੀ ਨੂੰ ਕੈਦ ਕੀਤਾ ਗਿਆ ਭੁੱਖਣ ਭਾਣੇ ਰੱਖਿਆ ਦੇਗ 'ਚ ਉਬਾਲਿਆ ਸ਼ਰੀਰ ਦੇ ਉੱਤੇ ਗਰਮ ਰੇਤ ਪਾਈ ਗਈ ਤਤੀ ਤਵੀ ਤੇ ਬਿਠਾਇਆ ਗਿਆ ਆਖਰ ਰਾਵੀ ਦਰਿਆ ਦੇ ਕੰਢੇ ਤੇ ਲਿਜਾ ਕੇ ਸਤਗੁਰੂ ਜੀ ਨੂੰ ਪਾਣੀ ਵਿੱਚ ਵਹਾ ਦਿੱਤਾ ਗਿਆ ਤਨਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚ ਬੋਲਦੇ ਸਨ ਪਰ ਉਸ ਟਾਈਮ ਦੇ ਜਿਹੜੇ ਪੀਰ ਫਕੀਰ ਸਨ ਜਿਨ੍ਹਾਂ ਨੂੰ ਸਖੀ ਸਰਵਰੀਏ ਆਖਿਆ ਜਾਂਦਾ ਹੈ ਜਿਨ੍ਹਾਂ ਨੂੰ ਅੱਜ ਆਪਾਂ ਪੂਜਦੇ ਆਂ ਜਿਨ੍ਹਾਂ ਦੀ ਪੂਜਾ ਕਰਨ ਲੱਪੇ ਆਪਾਂ ਅੱਜ ਸਿੱਖਾਂ ਦੇ ਘਰਾਂ 'ਚ ਇਹ ਲਾਲਾਂ ਵਾਲਾ ਹੈ ਇਹ ਲਖਦਾਤਾ ਹੈ ਇਹ ਬੋੜ ਸ਼ਾਹ ਹੈ ਇਹ ਫੁਲਾਣਾ ਢੀਂਗੜਾ ਇਹ ਸਖੀ ਸਰਵਰੀਏ ਸਨ ਜਿਨ੍ਹਾਂ ਦੀ ਆਪਾਂ ਆਰਾਧਨਾ ਕਰਨ ਲੱਗ ਪਏ ਆਂ ਅੱਜ ਔਰ ਇਹ ਸ਼ਰਮ ਵਾਲੀ ਗੱਲ ਹੈ ਉਹਨਾਂ ਪੀਰਾਂ ਫਕੀਰਾਂ ਨੂੰ ਮੁਸਲਮਾਨ ਪੀਰ ਫਕੀਰ ਜਿਹੜੇ ਸਨ ਉਹਨਾਂ ਪੀਰਾਂ ਫਕੀਰਾਂ ਨੂੰ ਸਭ ਤੋਂ ਵੱਡੀ ਤਕਲੀਫ ਹੋਈ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੱਚ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਵਰਨਮੈਂਟ ਦੇ ਦਰਬਾਰ ਵਿੱਚ ਪਹੁੰਚ ਕੇ ਉਹਨਾਂ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰਨ ਦੀਆਂ ਫਿਰ ਬ੍ਰਾਹਮਣਾਂ ਨੂੰ ਤਕਲੀਫ ਹੋਈ ਜਿਨ੍ਹਾਂ ਦਾ ਰੋਟੀ ਰੋਜੀ ਦਾ ਜਿਹੜਾ ਮਸਲਾ ਸੀ ਪਖੰਡਾ ਕਰਕੇ ਉਹ ਖਤਮ ਹੋ ਰਿਹਾ ਸੀ ਪ੍ਰੋਬਲਮ ਹੋਈ ਬੀਰਬਲ ਵਰਗੇ ਜਿਹੜੇ ਮੂਰਖ ਸਨ ਉਹਨਾਂ ਨੂੰ ਪ੍ਰੋਬਲਮ ਹੋਈਆਂ ਸਰਕਾਰੀ ਬੰਦੇ ਜਿਹੜੇ ਰਿਸ਼ਵਤਾਂ ਲੈ ਲੈ ਕੇ ਲੋਕਾਂ ਨੂੰ ਖਤਮ ਕਰ ਰਹੇ ਸੀ ਪ੍ਰੋਬਲਮ ਹੋਈਆਂ ਧਰਮ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਪਰ ਕੀ ਸੱਚ ਖਤਮ ਹੋ ਗਿਆ ਨਹੀਂ ਜਿਵੇਂ ਇੱਕ ਕਵੀ ਨੇ ਲਿਖਿਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ ਸੀ ਉਸ ਟਾਈਮ ਸਾਈ ਮੀਆਂ ਮੀਰ ਨੂੰ ਮੀਆਂ ਸ਼ੋਰੋ ਪ੍ਰੀਤੀ ਚਾਮਸੇ ਕਿਆ ਹੁਆ ਤਨ ਤਪ ਰਹਾ ਹੈ ਹਮ ਸ਼ਾਂਤ ਹੈ ਹਰ ਨਾਮ ਸੇ ਜੇ ਅੰਦਰ ਅਗ ਲੱਗੀ ਹੈ ਤਾਂ ਏਸੀ ਕੰਮ ਨਹੀਂ ਕਰਦਾ ਪਰ ਜੇ ਸ਼ਰੀਰ ਨੂੰ ਬਾਹਰੋਂ ਗਰਮੀ ਲੱਗਦੀ ਹੈ ਹਵਾ ਮਿਲੇ ਤਾਂ ਸ਼ਰੀਰ ਦੀ ਗਰਮੀ ਖਤਮ ਹੋ ਜਾਂਦੀ ਹੈ ਪਰ ਜੇ ਅੰਦਰ ਅੱਗ ਹੈ ਅੰਦਰ ਸੇਕ ਹੈ ਅੰਦਰ ਦੀ ਗਰਮੀ ਹੈ ਤਾਂ ਉਹ ਖੁਨਕ ਨਾਮ ਖੁਦਾਇਆ ਪਰਮਾਤਮਾ ਦਾ ਖੁਦਾ ਦਾ ਨਾਮ ਹੀ ਤੈਨੂੰ ਠੰਡਕ ਦੇ ਸਕਦਾ ਯਾਦ ਰੱਖੀ ਨਹੀਂ ਤਾਂ ਤੂੰ ਤਪਦਾ ਰਹਵੇਂਗਾ ਖੱਪਦਾ ਰਹਵੇਂਗੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕੀ ਕਿਹਾ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਪਾਸ ਕਿਹਦੇ ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ ਉਹ ਬੰਦੇ ਹਾੜ ਦੇ ਮਹੀਨੇ ਵਿੱਚ ਤਪਦੇ ਕਲਪ ਦੇ ਖੱਪਦੇ ਰਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਡਾ ਸਾਰਿਆਂ ਦਾ ਪਤੀ ਹੈ ਭਾਵ ਜਿਹੜਾ ਰਖਵਾਲਾ ਹੈ ਪਤੀ ਰਖਵਾਲਾ ਹੈ ਪਤੀ ਜਿਹੜਾ ਖਸਮ ਹੈ ਪਤੀ ਜਿਹੜਾ ਦਾਤਾ ਹੈ ਪਤੀ ਜਿਹੜਾ ਸਾਡੀ ਹਰ ਜਗ੍ਹਾ ਤੇ ਡਿਫੈਂਸ ਕਰਨ ਵਾਲਾ ਹੈ ਸਾਨੂੰ ਸਾਹਮਣ ਵਾਲਾ ਹੈ ਜਿਨ੍ਹਾਂ ਪਾਸ ਜਿਨ੍ਹਾਂ ਦੇ ਕੋਲ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਪ੍ਰਕਾਸ਼ ਨਹੀਂ ਭਾਵੇਂ ਜਿਹੜੇ ਉਹਨੂੰ ਪ੍ਰਤੀਤ ਨਹੀਂ ਕਰ ਪਾਰੇ ਜਿਹੜੇ ਉਹਨੂੰ ਸਮਝ ਨਹੀਂ ਪਾਰੇ ਜਿਹੜੇ ਉਹਦੇ ਆਨੰਦ ਨੂੰ ਮਾਣ ਨਹੀਂ ਰਹੇ ਉਹ ਹਾਰ ਦੇ ਮਹੀਨੇ ਵਿੱਚ ਤਪਦੇ ਰਹਿੰਦੇ ਨੇ ਕਲਪ ਦੇ ਰਹਿੰਦੇ ਨੇ ਸੜਦੇ ਰਹਿੰਦੇ ਨੇ ਭਾਵੇਂ ਜਿੰਨੇ ਮਰਜੀ ਸੁੱਖ ਕਿਉਂ ਉਹਨਾਂ ਦੀ ਲਾਈਫ 'ਚ ਉਹਨਾਂ ਦੀ ਜ਼ਿੰਦਗੀ ਵਿੱਚ ਹੋਣ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਨਹੀਂ ਹੁੰਦਾ ਹੈ ਅੰਦਰੋਂ ਕਲਪਨਾ ਬਣਿਆ ਰਹਿੰਦਾ ਹੈ ਕਦੇ ਉਹ ਸੁਖੀ ਨਹੀਂ ਹੁੰਦੇ ਨੇ ਜਹਾਗੀਰ ਵਰਗਾ ਬਾਦਸ਼ਾਹ ਵੀ ਤਖਤ ਤੇ ਬਹਿ ਕੇ ਕਲਪਧਾਰਿਆ ਖੱਪਧਾਰਿਆ ਤਪਧਾਰਿਆ ਮਰ ਗਿਆ ਔਰੰਗਜ਼ੇ ਵਰਗਾ ਵੀ ਇਦਾਂ ਹੀ ਚਲਾ ਗਿਆ ਜਾਂ ਤੱਕਿਓ ਜਦੋਂ ਤੱਕ ਤੁਹਾਡੇ ਅੰਦਰ ਚੈਨ ਨਹੀਂ ਤੁਹਾਡੇ ਬਾਹਰ ਸੁੱਖ ਹੋ ਨਹੀਂ ਸਕਦਾ ਇਸ ਲਈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸਮਝਿਓ ਜਿਨ੍ਹਾਂ ਦੇ ਅੰਦਰ ਸੁਖ ਸੁਖ ਹੈ ਬਾਹਰ ਵੀ ਹੈ ਜਿਨ੍ਹਾਂ ਦੇ ਅੰਦਰ ਠੰਡਕ ਹੈ ਉਹਨਾਂ ਦੇ ਬਾਹਰ ਵੀ ਹੋਵੇਗੀ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ ਉਹਨਾਂ ਦੇ ਬਾਹਰ ਵੀ ਲੱਗੇਗੀ ਇਸ ਲਈ ਸਿਆਣੇ ਕਹਿੰਦੇ ਨੇ ਜੇ ਅਸੀਂ ਭਲੇ ਭਲੇ ਹਾਂ ਆਪਣੇ ਅੰਦਰੋਂ ਤਾਂ ਸਾਨੂੰ ਭਲੇ ਦਿਸਦੇ ਨੇ ਤੇ ਜੇ ਆਪਾਂ ਹੀ ਹੰਕਾਰ ਨਾਲ ਤਪੇ ਪਏ ਹਾਂ ਤੇ ਸਾਨੂੰ ਬਾਹਰੋਂ ਹੀ ਓਦਾਂ ਦੇ ਲੋਕ ਦਿਸਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਕਿਹੜੇ ਲੋਕ ਤਪਦੇ ਰਹਿੰਦੇ ਨੇ ਖੱਪਦੇ ਰਹਿੰਦੇ ਨੇ ਵਿਲਕਦੇ ਰਹਿੰਦੇ ਨੇ ਜਿਹੜੇ జగਤ ਦੇ ਸਹਾਰੇ ਅਕਾਲ ਪੁਰਖ ਨਿਰੰਕਾਰ ਪ੍ਰਭੂ ਪਰਮਾਤਮਾ ਨੂੰ ਤਿਆਗ ਦਿੰਦੇ ਨੇ ਜਿਹੜੇ ਉਹਦੀ ਆਰਾਧਨਾ ਛੱਡ ਦਿੰਦੇ ਨੇ ਜਿਨ੍ਹਾਂ ਨੂੰ ਨਾ ਸਹਾਰਾ ਪਰਮਾਤਮਾ ਦੇ ਨਾਮ ਵਿੱਚੋਂ ਨਾ ਮਿਲੇ ਜਿਹੜੇ ਕਹਿਣ ਵੀ ਦੁਨੀਆ ਦਾ ਸਹਾਰਾ ਚਾਹੀਦਾ ਨਿਰੰਕਾਰ ਦਾ ਨਹੀਂ ਜਿਨ੍ਹਾਂ ਨੂੰ ਪਰਮਾਤਮਾ ਦਾ ਸਹਾਰਾ ਚੰਗਾ ਨਾ ਲੱਗਦਾ ਹੋਵੇ ਦੁਨੀਆ ਦੇ ਪਿੱਛੇ ੱੱਕੇ ਖਾਂਦੇ ਫਿਰਦੇ ਹੋਣ ऐसे जेड़े ਲੋਕ ਨੇ ਜਿਹੜੇ ਬੰਦਿਆਂ ਦੀਆਂ ਆਸਾਂ ਉੱਤੇ ਬੰਨ ਬੰਨ ਕੇ ਰੱਖਦੇ ਕਿ ਸਾਨੂੰ ਕੋਈ ਬੰਦਾ ਸਹਾਰਾ ਦੇ ਦੇ ਕਿਸੇ ਦਾ ਆਸਰਾ ਲੈ ਲਈਏ ਕਿਸੇ ਦਾ ਸਹਾਰਾ ਲੈ ਲਈਏ ਉਹ ਕਦੇ ਵੀ ਜਿਹੜੇ ਨੇ ਉੱਟਕਾਉਂ ਚ ਨਹੀਂ ਹੁੰਦੇ ਕਦੇ ਪੌਂਦੇ ਵੀ ਕੱਖ ਨਹੀਂ ਕਿਉਂਕਿ ਬੰਦਿਆਂ ਦੇ ਸਹਾਰੇ ਬਹੁਤਾ ਕੰਮ ਨਹੀਂ ਜੇ ਕਰਦੇ ਹੁੰਦੇ ਸਹਾਰਾ ਲੈਣਾ ਤੇ ਨਿਰੰਕਾਰ ਦਾ ਲਓ ਬੰਦਿਆਂ ਦਾ ਕਾਹਦਾ ਸਹਾਰਾ ਲੋਕਾਂ ਦਾ ਕਾਹਦਾ ਸਹਾਰਾ ਸੰਸਾਰ ਵੀ ਕਦੇ ਕਿਸੇ ਦਾ ਬਣਿਆ ਨਹੀਂ ਲੋਕ ਤਾਂ ਕਮਲੇ ਐ ਹਰ ਬੰਦਾ ਆਪਣਾ ਫਾਇਦਾ ਸੋਚੀ ਬੈਠਾ ਹਰ ਬੰਦਾ ਆਪਣਾ ਇੱਕ ਲਾਭ ਰੱਖੀ ਬੈਠਾ ਤੋ ਹੱਥੋਂ ਕੋਈ ਜਿਹੜਾ ਕਿਸਦਾ ਸਹਾਰਾ ਨਹੀਂ ਬਣਦਾ ਜੇ ਸਹਾਰਾ ਲੈਣਾ ਤਾਂ ਗੁਰੂ ਨਾਨਕ ਦਾ ਲਓ ਸਹਾਰਾ ਲੈਣਾ ਤਾਂ ਵਾਹਿਗੁਰੂ ਦਾ ਲਓ ਦੂਏ ਭਾਇਵ ਗੁਚੀਆ ਗਲ ਪੈਸ ਜਮ ਕੀ ਫਾਸ ਜਿਨ੍ਹਾਂ ਦਾ ਪਿਆਰ ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰਾਂ ਦੇ ਨਾਲ ਹੋ ਜਾਏ ਜਿਹੜੇ ਪ੍ਰਮਾਤਮਾ ਤੋਂ ਬਗੈਰ ਕਿਸੇ ਹੋਰ ਦਾ ਸਹਾਰਾ ਲੱਭਣ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਗਲਾਂ ਵਿੱਚ ਵਕਾਰਾਂ ਦੀਆਂ ਫਾਈਆਂ ਪਈਆਂ ਰਹਿੰਦੀਆਂ ਨੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਹਿਮ ਦੇ ਵਿੱਚ ਡਰ ਦੇ ਵਿੱਚ ਬਤੀਤ ਹੁੰਦਾ ਵਕਾਰ ਰੂਪ ਜਮ ਉਹਨਾਂ ਦੇ ਗਲ ਵਿੱਚ ਫਾਈਆਂ ਪਾ ਕੇ ਰੱਖਦੇ ਕੰਮ ਕਦੇ ਨਹੀਂ ਛੱਡਦਾ ਉਹਨਾਂ ਨੂੰ ਹਰ ਕਿਸੇ ਦੀ ਧੀ ਭੈਣ ਵੱਲ ਨਿਗਾ ਰੱਖਣਗੇ ਉਹ ਕਲਪੇ ਹੁੰਦੇ ਬਿਮਾਰ ਮਾਨਸਿਕਤਾ ਦੇ ਹ ਮੜਾ ਜਿਆ ਉਹਨਾਂ ਨੂੰ ਜਿਹੜਾ ਨਾ ਛੇੜ ਕੇ ਵੇਖੋ ਕ੍ਰੋਧ ਨਾਲ ਕ੍ਰੋਧ ਦੀ ਅਗਨੀ ਚੇ ਭੁੱਜੇ ਰਹਿੰਦੇ ਨੇ ਤਪਦੇ ਰਹਿੰਦੇ ਨੇ ਭਾਵੇਂ ਧਰਮ ਕੀ ਕਿਉਣਾ ਹੋਣ بڑے بڑے ਧਾਰਮਿਕ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਿਆ ਕੀਤਾ بڑے بڑے ਅਤੇ ਜਿਹੜੇ ਆਪਣੇ ਆਪ ਨੂੰ ਸ਼ੀਤਲਦਾਸ ਖਵਾਉਂਦੇ ਸੀ ਉਹਨਾਂ ਨੂੰ ਭੰਵਰਦਾਸ ਦਾ ਰੂਪ ਬਣਦੇ ਹੋਏ ਇਤਿਹਾਸ ਦਿਖਾਉਂਦਾ ਅੰਦਰੋਂ ਅੰਦਰੋਂ ਭੰਵਰਦਾਸ ਹੈ ਬਾਹਰੋਂ ਸ਼ੀਤਲਦਾਸ ਬਣੇ ਫਿਰਦੇ ਬਾਰੋਂ ਤਾਂ ਸ਼ਰੀਰ ਦੇ ਉੱਤੇ ਸੁਆਹ ਮਲੀ ਹੈ ਪਰ ਅੰਦਰ ਅੱਗ ਲੱਗੀ ਹੋਈ ਐਸਾ ਜੀਵਨ ਨਹੀਂ ਚਾਹੀਦਾ ਜੀਵਨ ਉਹ ਜਿਹੜਾ ਅੰਦਰੋਂ ਅਤੇ ਬਾਹਰੋਂ ਇੱਕ ਤਰ੍ਹਾਂ ਦਾ ਹੋਵੇ ਉਸ ਜੀਵਨ ਦੇ ਵਿੱਚ ਆਨੰਦ ਹੈ ਤੇ ਜਿਹੜਾ ਜੀਵਨ ਵਿਖਾਵੇ ਮਾਤਰ ਹੈ ਉਹ ਜੀਵਨ ਕਦੇ ਵੀ ਇਨਸਾਨ ਨੂੰ ਸੁਖੀ ਨਹੀਂ ਬਣਾ ਸਕਦਾ ਉਹ ਅੰਦਰੋਂ ਬਾਹਰੋਂ ਕਲਪੀ ਰਹਿਣਗੇ ਬੇਸ਼ੱਕ ਤੁਸੀਂ ਗੁਰਕਾ ਸਾਹਿਬਾ ਚ ਫੜ ਕੇ ਜਿੰਨੀ ਮਰਜੀ ਬਾਣੀ ਪੜਦੇ ਰਹੋ ਪਰ ਜੇ ਉਸ ਬਾਣੀ ਦਾ ਅਸਰ ਤੁਹਾਡੇ ਉੱਤੇ ਨਹੀਂ ਬਹੁਤ ਵਾਰ ਅਸੀਂ ਕਲਪੇ ਰਹੇ ਨੇ ਤੁਸੀਂ ਉਹ ਵੀਡੀਓ ਵੇਖੀ ਹੋਣੀ ਹੈ ਕਿ ਇੱਕ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ ਤੇ ਕੀਰਤਨ ਕਰਦੇ ਵਕਤ ਸੰਗਤ ਵਿੱਚ ਇੱਕ ਬਜ਼ੁਰਗ ਆ ਕੇ ਬਹਿ ਜਾਂਦਾ ਜਦੋਂ ਬਜ਼ੁਰਗ ਆ ਕੇ ਬਹਿੰਦਾ ਗਲਤੀ ਬਜ਼ੁਰਗ ਦੀ ਵੀ ਸੀ ਕਿਉਂਕਿ ਉਹਨੂੰ ਇਸ ਤਰ੍ਹਾਂ ਬਹਿਣਾ ਨਹੀਂ ਸੀ ਚਾਹੀਦਾ ਪਰ ਜਿਹੜਾ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ ਬਜ਼ੁਰਗ ਬਾਬਾ ਜੀ ਉਹ ਐਸੇ ਕਲਪੇ ਐਸੇ ਕਲਪੇ ਕਿ ਉਹਨਾਂ ਨੇ ਗੁਰਬਾਣੀ ਦੇ ਸ਼ਬਦਾਂ ਦੇ ਥਰੂ ਹੀ ਉਸ ਬੰਦੇ ਨੂੰ ਬਹੁਤ ਲਾਂਤਾਂ ਪਾਤੀਆਂ ਬਜ਼ੁਰਗ ਉਹ ਵਿਚਾਰੇ ਨੂੰ ਉਦੋਂ ਤੋਂ ਬਾਅਦ ਫਿਰ ਉਹ ਪੂਰੇ ਗੁੱਸੇ ਵਿੱਚ ਆ ਕੇ ਵਾਜਾ ਛੱਡ ਦਿੰਦੇ ਨੇ ਤੇ ਕਹਿੰਦੇ ਨੇ ਲੈ ਤੂੰ ਕਰ ਲੈ ਦੇਖੋ ਜਦੋਂ ਤੱਕ ਤੁਹਾਡੇ ਅੰਦਰ ਨਹੀਂ ਬਾਣੀ ਅਸਰ ਕੀਤਾ ਬਾਹਰ ਨਹੀਂ ਗੱਲ ਬਣੇਗੀ ਬਾਹਰ ਉਹੀ ਆਏਗਾ ਜੋ ਅੰਦਰ ਹੈ ਇਸ ਲਈ ਜੋ ਜੀ ਹੋਏ ਸੋ ਉਗਵੇ ਜੋ ਅੰਦਰ ਹੈ ਉਹ ਬਾਹਰ ਹੈ ਤੇ ਗੁਰੂ ਸਾਹਿਬ ਨੇ ਕੀ ਕਿਹਾ ਕਿੰਦੇ ਤੇਰਾ ਰਹਿਣਾ ਬਹਿਣਾ ਇੱਕ ਤਰ੍ਹਾਂ ਦਾ ਹੋਵੇ ਜਿਹੜਾ ਅੰਦਰਲਾ ਜੀਵਨ ਹੈ ਬਾਹਰਲਾ ਹੋਵੇ ਜਿਹੜਾ ਬਾਹਰਲਾ ਹੈ ਉਹ ਅੰਦਰਲਾ ਵੀ ਹੋਵੇ ਇਹ ਨਹੀਂ ਵਿਖਾਵੇ ਵਾਲਾ ਕੋਈ ਮਤਲਬ ਕਿ ਹਾਤੀ ਦੇ ਅੰਦਰ ਵਿਖਾਉਣ ਦੇ ਹੋਰ ਤਖਾਨ ਦੇ ਕੁਝ ਹੋਰ ਇਦਾਂ ਦਾ ਜੀਵਨ ਨਹੀਂ ਚਾਹੀਦਾ ਜਿਹਾ ਬੀਜੈ ਸੋ ਲੁਣਾ ਮੱਥੇ ਜੋ ਲਿਖਿਆ ਕਿਉਂਕਿ ਕੁਦਰਤ ਦਾ ਨਿਯਮ ਹੀ ਐਸਾ ਹੈ ਕਿ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਉਹ ਜਿਹੜਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ ਯਾਦ ਰੱਖਿਓ ਜੇਹਾ ਬੀਜੈ ਸੋ ਲੁਣੇ ਜੋ ਬੀਜੋਗੇ ਉਹੀ ਵੜਣਾ ਪੈਣਾ ਇਥੇ ਬਾਹਰ ਲੀਆਂ ਫਸਲਾਂ ਦੀ ਗੱਲ ਨਹੀਂ ਵੀ ਬੀਜਿਆ ਕਿਸੇ ਹੋਰ ਨੇ ਖਾਣਾ ਕਿਸੇ ਹੋਰ ਨੇ ਨਹੀਂ ਇਥੇ ਤਾਂ ਜੋ ਬੀਜੋਗੇ ਉਹੀ ਤੁਹਾਡਾ ਤੁਹਾਡੇ ਲੇਖ ਬੰਦੇ ਜਾਣੇ ਨੇ ਮੱਥੇ ਤੇ ਲੇਖ ਸਪੈਸ਼ਲ ਲਿਖੇ ਨਹੀਂ ਜਾਂਦੇ ਆਪਾਂ ਤਿਆਰ ਕਰਦੇ ਆ ਮੱਥੇ ਦਾ ਮਤਲਬ ਹੈ ਸੋਚ ਜੋ ਕੰਮ ਕਰੋਗੇ ਜੋ ਬੀਜੋਗੇ ਉਹੀ ਖਾਓਗੇ ਜੋ ਕੰਮ ਕਰੋਗੇ ਉਹਦੇ ਮੁਤਾਬਕ ਤੁਹਾਡੀ ਤੁਹਾਡੀ ਸੋਚ ਬਣਦੀ ਜਾਣੀ ਮੱਥੇ ਇਹਦੇ ਮਤਲਬ ਹੈ ਸੋਚ ਤੁਹਾਡੀ ਸੋਚ ਬਣਦੀ ਜਾਣੀ ਤੁਹਾਡੇ ਸੰਸਕਾਰ ਬਣਦੇ ਜਾਣੇ ਆ ਤੁਹਾਡੇ ਜੀਵਨ ਦਾ ਨੁਕਸਾਨ ਹੋਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਤੁਹਾਡਾ ਜੀਵਨ ਜਿਹੜਾ ਤੈਸ਼ ਨੈਸ਼ ਹੋ ਗਿਆ ਤੁਹਾਡੇ ਜੀਵਨ ਦਾ ਨੁਕਸਾਨ ਹੋ ਗਿਆ ਸਤਿਗੁਰ ਅੱਗੇ ਕੀ ਕਹਿੰਦੇ ਨੇ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਜਿਹੜੇ ਲੋਕ ਪ੍ਰਮਾਤਮਾ ਦਾ ਆਸਰਾ ਛੱਡ ਕੇ ਹੋਰਨਾਂ ਦੇ ਸਹਾਰੇ ਦੇ ਪਿੱਛੇ ਦੌੜਦੇ ਨੇ ਆਪਣੀ ਜ਼ਿੰਦਗੀ ਨੂੰ ਗਰਕ ਕਰਦੇ ਨੇ ਰਾਤ ਦਿਨ ਕਲਪੇ ਰਹਿੰਦੇ ਨੇ ਐਸੇ ਲੋਕ ਜ਼ਿੰਦਗੀ ਪਛਤਾਵਿਆਂ ਵਿੱਚ ਬਤੀਤ ਕਰਕੇ ਚਲੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਪਛਤਾਵੇ 'ਚ ਲੰਘ ਜਾਂਦੀ ਹੈ ਕਿਉਂਕਿ ਉਹ ਜਗਤ ਤੋਂ ਜਦੋਂ ਜਾਂਦੇ ਆ ਸੰਸਾਰ ਤੋਂ ਜਾਂਦੇ ਆ ਨਰਾਸ਼ ਹੋ ਕੇ ਜਾਂਦੇ ਆ ਖੁਸ਼ ਹੋ ਕੇ ਨਹੀਂ ਕਿਉਂਕਿ ਉਹਨਾਂ ਨੇ ਦੁਨੀਆਂ ਦਾ ਆਸਰਾ ਲੱਭਿਆ ਹੁੰਦਾ ਪਰ ਮਾਤਮਾ ਦੇ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖਿਆ ਹੁੰਦਾ ਉਹਨਾਂ ਨੇ ਇਸ ਲਈ ਉਹਨਾਂ ਨੂੰ ਆਪਣੀ ਜ਼ਿੰਦਗੀ ਬੋਝ ਲੱਗਣੀ ਸ਼ੁਰੂ ਹੋ ਜਾਂਦੀ ਹੈ ਜ਼ਿੰਦਗੀ ਤਾਂ ਬੋਝ ਨਹੀਂ ਹੈ ਪਰ ਤਾਂ ਜ਼ਿੰਦਗੀ ਬੋਝ ਲੱਗਦੀ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਆਨੰਦ ਹੀ ਨਹੀਂ ਮਾਣਿਆ ਹੁੰਦਾ ਜ਼ਿੰਦਗੀ ਦਾ ਰਸ ਹੀ ਨਹੀਂ ਲਿਆ ਹੁੰਦਾ ਜ਼ਿੰਦਗੀ ਨੂੰ ਜਿਉਇਓ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਕੁਛ ਖੱਟੀਆਂ ਹੀ ਨਹੀਂ ਹੁੰਦਾ ਬਸ ਇਸ ਤਰ੍ਹਾਂ ਦੀ ਲਾਈਫ ਆਪਾਂ ਨਹੀਂ ਜਿਉਣੀ ਇਸ ਤਰ੍ਹਾਂ ਦਾ ਜੀਵਨ ਆਪਾਂ ਨਹੀਂ ਜੂਣਾ ਅਸੀਂ ਜੀਵਨ ਜੂਣਾ ਨਰੰਕਾਰ ਅਕਾਲਪੁਰਖ ਵਾਹਿਗੁਰੂ ਨਾਲ ਪਿਆਰ ਕਰਨਾ ਅੰਦਰੋਂ ਬਾਹਰੋਂ ਉਹਨੂੰ ਦੇਖਣਾ ਆਪਣੇ ਜੀਵਨ ਨੂੰ ਇਸ ਤਰ੍ਹਾਂ ਜੀਉ ਕੇ ਜਾਓ ਜਿਸ ਤਰ੍ਹਾਂ ਫੁੱਲ ਹੁੰਦੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਪੀਰਾਂ ਨੂੰ ਕਿਹਾ ਸੀ ਜਿਹੜੇ ਹੰਕਾਰ ਵਿੱਚ ਮੱਤੇ ਹੋਏ ਸਨ ਤੇ ਸਤਗੁਰੂ ਨੇ ਕਿਹਾ ਸੀ ਮੈਂ ਫੁੱਲ ਵਾਂਗੂ ਰਵਾਂਗਾ ਤੁਹਾਡੇ ਚ ਟੈਨਸ਼ਨ ਨਾ ਲਾਓ ਮੈਂ ਤੁਹਾਡੀ ਜਗ੍ਹਾ ਮਲਣ ਵਾਸਤੇ ਨਹੀਂ ਆਇਆ ਇਸ ਲਈ ਕਿਸੇ ਦੀ ਬਰਾਬਰੀ ਕਰਨੀ ਹੋਵੇ ਤਾਂ ਉਹਦੀ ਲਕੀਰ ਨੂੰ ਮਟਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਉਹਦੇ ਲਾਗੇ ਆਪਣੀ ਲਕੀਰ ਵੱਡੀ ਖਿੱਚ ਲਾਓ ਤੁਸੀਂ ਆਪੇ ਵੱਡੇ ਹੋ ਜਾਣਾ ਪਰ ਇੱਥੇ ਪ੍ਰੋਬਲਮ ਇਹ ਹੈ ਅਸੀਂ ਦੂਜਿਆਂ ਦੀਆਂ ਲਕੀਰਾਂ ਮਟਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਅਸੀਂ ਵੱਡੇ ਹੋ ਹੀ ਨਹੀਂ ਪਾਉਂਦੇ ਪਰ ਗੁਰੂ ਨਾਨਕ ਸਾਹਿਬ ਨੇ ਕਦੇ ਐਸਾ ਨਹੀਂ ਸੀ ਕੀਤਾ ਤੁਹਾਡੇ ਕੰਮ ਚੰਗੇ ਹੋਣੇ ਚਾਹੀਦੇ ਤੁਸੀਂ ਵੱਡੇ ਹੋ ਜੇ ਤੁਹਾਡੇ ਕੰਮ ਹੀ ਮਾੜੇ ਤੁਸੀਂ ਵੱਡੇ ਕਿੱਦਾਂ ਹੋ ਜਾਓਗੇ ਨਹੀਂ ਹੋ ਸਕੋਗੇ ਸਤਗੁਰ ਅੱਗੇ ਕੀ ਕਹਿੰਦੇ ਨੇ ਜੀ ਜਿਨ ਕੋ ਸਾਧੂ ਭੇਟੀ ਐ ਸੋ ਦਰਗਾ ਹੋਏ ਖਲਾਸ ਜਿਨ੍ਹਾਂ ਨੂੰ ਗੁਰੂ ਮਿਲ ਜਾਏ ਸਾਧੂ ਭਾਵ ਸਤਗੁਰ ਜਿਨ ਕੋ ਸਾਧੂ ਭੇਟੀ ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ ਅੱਗੇ ਸੁਣਿਓ ਸੋ ਦਰਗਾ ਹੋਏ ਖਲਾਸ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਪ੍ਰਾਪਤ ਕਰ ਲੈਂਦੇ ਨੇ ਖਲਾਸ ਖਲਾਸੀ ਪਾ ਲੈਂਦੇ ਨੇ ਸਤਕਾਰ ਮਿਲਦਾ ਹੈ ਵਾਹਿਗੁਰੂ ਦੀ ਨਿਗਾਹ 'ਚ ਪਰਮਾਤਮਾ ਦੀ ਨਿਗਾਹ 'ਚ ਮਾਣ ਮਿਲਦਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਕਰ ਕਿਰਪਾ ਪ੍ਰਭ ਆਪਣੀ ਇਸ ਲਈ हे ਪ੍ਰਭੂ ਮੇਰੀ ਤੇਰੇ ਅੱਗੇ ਅਰਦਾਸ ਹੈ ਤੇਰੇ ਦਰਸ਼ਨੋਂ ਹੋਏ ਪਿਆਸ ਬੇਨਤੀ ਹੈ ਕਿ ਆਪਣੀ ਮਿਹਰ ਕਰ ਕਿ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਬਣੀ ਰਹੇ ਤੜਪ ਬਣੀ ਰਹੇ ਕਤੇ ਐਸਾ ਨ ਹੋਵੇ ਕਿ ਮੇਰੇ ਮਨ ਵਿੱਚੋਂ ਤੇਰੀ ਤੜਪ ਹੀ ਖਤਮ ਹੋ ਜਾਏ ਮੇਰਾ ਜੀਵਨ ਐਦਾਂ ਦਾ ਬਣਾ ਕਿ ਤੇਰੀ ਤੜਪ ਹਮੇਸ਼ਾ ਬਣੀ ਰਹੇ ਹਮੇਸ਼ਾ ਤੇਰੇ ਨਾਲ ਮੈਂ ਜੁੜਿਆ ਰਹਾ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਕਿਉਂਕਿ ਵਾਹਿਗੁਰੂ ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ ਹੈ ਇਹ ਮੈਂ ਦਿਲ ਤੋਂ ਕਹਿ ਰਿਹਾ ਕਿ ਤੇਰੇ ਤੋਂ ਬਗੈਰ ਮੇਰਾ ਕੋਈ ਹੋਰ ਸਹਾਰਾ ਨਹੀਂ ਹੈ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇਹੀ ਮੇਰੀ ਅਰਦਾਸ ਹੈ ਕਿ ਮੇਰਾ ਤੇਰੇ ਤੋਂ ਬਗੈਰ ਕੋਈ ਹੋਰ ਸਹਾਰਾ ਨਹੀਂ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹਿੰਦਾ ਉਸ ਨੂੰ ਇਹ ਤੱਪ ਦਾ ਸੜਦਾ ਹਾਰ ਦਾ ਮਹੀਨਾ ਵੀ ਸੋਹਣਾ ਦਿਸਦਾ ਅੰਦਰੋਂ ਬਾਹਰੋਂ ਉਹ ਨਿਰੰਕਾਰ ਨਾਲ ਜੁੜਿਆ ਰਹਿੰਦਾ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਦੁਖੀ ਨਹੀਂ ਕਰ ਸਕਦੇ ਉਦੀ ਜ਼ਿੰਦਗੀ ਫੁੱਲਾਂ ਵਰਗੀ ਹੋ ਜਾਂਦੀ ਹੈ ਖੁਸ਼ਬੂਦਾਰ ਹੋ ਜਾਂਦੀ ਹੈ ਪਿਆਰੀ ਹੋ ਜਾਂਦੀ ਹੈ ਤੇ ਉਹ ਆਪਣੀ ਜ਼ਿੰਦਗੀ ਨੂੰ ਨਿਰੰਕਾਰ ਦੇ ਨਾਮ ਉੱਤੇ ਕੁਰਬਾਨ ਕਰ ਦਿੰਦਾ ਸੋ ਹਾਰ ਦਾ ਮਹੀਨਾ ਭਾਵੇਂ ਤਪਦਾ ਹੈ ਪਰ ਯਾਦ ਰੱਖਿਓ ਉਹਨਾਂ ਲਈ ਬੜਾ ਹੀ ਪਿਆਰਾ ਹੈ ਸੁਹਾਵਣਾ ਹੈ ਮਿੱਠਾ ਹੈ ਜਿਹੜੇ ਵਾਹਿਗੁਰੂ ਦਾ ਆਸਰਾ ਰੱਖਦੇ ਨੇ ਤੇ ਜਿਹੜੇ ਆਸਰਾ ਹੀ ਰੱਖਣ ਦੁਨੀਆਂ ਦਾ ਉਹ ਕਦੇ ਸੁਖੀ ਨਹੀਂ ਹੋ ਸਕਦੇ ਯਾਦ ਰੱਖਿਓ ਸੋ ਆਓ ਅਸੀਂ ਸੱਚੇ ਦਿਲ ਤੋਂ ਗੁਰੂ ਦੇ ਸਿੱਖ ਬਣੀਏ ਆਪਾਂ ਵੀ ਨਕਲੀ ਗੁਰੂਆਂ ਦਾ ਪੀਰਾਂ ਫਕੀਰਾਂ ਦਾ ਬਾਬਿਆਂ ਦਾ ਸਹਾਰਾ ਛੱਡ ਕੇ ਕੇਵਲ ਇੱਕ ਵਾਹਿਗੁਰੂ ਦਾ ਸਹਾਰਾ ਲਈਏ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਇਹ ਪਾਕ ਪਵਿੱਤਰ ਹੋ ਸਕੇ ਵਧੀਆ ਹੋ ਸਕੇ ਇਤਨੀਆਂ ਬੇਨਤੀਆਂ ਸਵਕਾਰ ਕਰਿਓ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ